ਦਾਖਿਲ ਹੋ ਮੇਰੀ ਲਾਜ ਵਿੱਚ ਪਰਦੇਸਾਂ ਦੇ, ਰੱਖ ਲੈ ਹੋ ਮੇਰੀ ਲਾਜ ਵਿੱਚ ਪਰਦੇਸਾਂ ਦੇ, ਰੱਖ ਲੈ ਹੋ ਬੜੀ ਕੀਮਤੀ ਸਾਧ ਸੰਗਤ ਇਹ ਵਿਚਾਰ ਹੈ, ਬਹੁਤ ਕੀਮਤੀ ਵਿਚਾਰ। ਇਹ ਬੋਲ ਉਹੀ ਬੋਲ ਸਕੇਗਾ, ਰੱਖ ਲਿਓ ਮੇਰੀ ਲਾਜ ਵਿੱਚ ਪਰਦੇਸਾਂ ਦੇ, ਜਿਹਨੂੰ ਅਹਿਸਾਸ ਹੋਏਗਾ ਕਿ ਮੈਂ ਲੁੱਟਿਆ ਜਾ ਰਿਹਾ। ਆਖੋ ਸਤਨਾਮ, ਜਿਹਨੂੰ ਅਹਿਸਾਸ ਹੋਏਗਾ ਮੈਂ ਲੁੱਟਿਆ ਜਾ ਰਿਹਾ, ਜਿਹਨੂੰ ਅਹਿਸਾਸ ਹੀ ਨਹੀਂ ਮੈਂ ਲੁੱਟਿਆ ਜਾ ਰਿਹਾ, ਉਹਨੇ ਕਿਉਂ ਬੇਨਤੀ ਲਾਣੀ, ਉਹਨੇ ਕਿਉਂ ਬੇਨਤੀ ਲਾਣੀ ਹੈ। ਜਿਹਨੂੰ ਅਹਿਸਾਸ ਹੈ ਨਾ ਮੈਂ ਲੁੱਟਿਆ ਜਾ ਰਿਹਾ, ਫਿਰ ਉਹ ਸੁਚੇਤ ਵੀ ਰਹੇਗਾ, ਫਿਰ ਗੁਰੂ ਦੀ ਕਿਰਪਾ ਦੇ ਨਾਲ ਕਾਇਮ ਰਹੇਗਾ। ਕਮਾਉਣਾ ਬਹੁਤ ਔਖਾ ਹੈ, ਗਵਾਉਣਾ ਇੱਕ ਮਿੰਟ ਦਾ ਕੰਮ ਹੈ ਜੀ। ਕਮਾਉਣਾ ਬਹੁਤ ਔਖਾ, ਜ਼ੋਰ ਲੱਗ ਜਾਂਦਾ ਕਮਾਉਣ 'ਚ, ਜ਼ੋਰ ਲੱਗ ਜਾਂਦਾ ਬਣਾਉਣ 'ਚ, ਢਾਣ 'ਚ ਇੱਦਾਂ ਮਿੰਟ ਲੱਗਦਾ ਹੈ ਜੀ। ਇੱਕ ਬਿਲਡਿੰਗ ਨੂੰ ਬਣਾਉਣਾ ਹੋਵੇ ਤਾਂ ਸਾਧ ਸੰਗਤ 8 ਮਹੀਨੇ 9 ਮਹੀਨੇ ਸਾਲ ਲੱਗ ਜਾਂਦਾ, ਅਤੇ ਢਾਣ ਵਾਲੇ ਨੂੰ ਠੇਕਾ ਦੇ ਦਿਓ, ਉਹਨੇ ਮਹੀਨੇ ਡੇਢ 'ਚ ਢਾ ਕੇ ਪਾਸੇ ਕਰ ਦੇਣੀ ਹੈ। ਕਮਾਈ ਕਰਨ 'ਚ ਬਹੁਤ ਤਾਕਤ ਲੱਗਦੀ ਹੈ, ਗਵਾਉਣਾ ਤਾਂ ਕਿਹੜੀ ਸਾਧ ਸੰਗਤ ਔਖੀ ਘਾਟੀ ਹੈ, ਉਹ ਤਾਂ ਮਿੰਟ ਦੀ ਖੇਡ। ਹੁਣ ਅੰਮ੍ਰਿਤ ਵੇਲੇ ਤੁਸੀਂ ਜਾਗੇ ਹੋ, 2 ਵਜੇ ਕੋਈ ਜਾਗਿਆ, ਕੋਈ 2:30 ਜਾਗਿਆ, ਇਸ਼ਨਾਨ ਕੀਤਾ, ਫਿਰ ਆਪ ਜੀ ਇੱਥੇ ਮੁਸ਼ਕਤ ਘਾਲ ਕੇ ਪਹੁੰਚੇ ਹੋ, ਜਿਹੜੇ ਘਰਾਂ 'ਚ ਨੇ ਤੁਸੀਂ ਇਸ਼ਨਾਨ ਪਾਣੀ ਕਰਕੇ ਬੈਠੇ ਹੋ, 2 ਵਜੇ ਕੋਈ ਬੈਠਿਆ ਹੋਏਗਾ, ਕੋਈ ਪੂਰਾ ਨਿਤਨੇਮ ਕਰਕੇ ਬਹਿੰਦਾ, ਕੋਈ ਸੁਖਮਣੀ ਸਾਹਿਬ ਨਾਲ ਕਰਕੇ ਬਹਿੰਦਾ, ਕਿੰਨੀ ਮੁਸ਼ਕਤ ਘਾਲ ਕੇ 3-4 ਘੰਟੇ ਦੀ ਬੰਦਗੀ ਕੀਤੀ ਅੰਮ੍ਰਿਤ ਵੇਲੇ, ਕਿੰਨਾ ਜ਼ੋਰ ਲੱਗਾ, ਲੱਗਾ ਨਾ ਜੀ ਜ਼ੋਰ। ਇਹੀ ਆਪਾਂ ਦਿਨ ਵੇਲੇ ਸਾਧਸੰਗ ਘੰਟਾ 2 ਘੰਟੇ ਨਿੰਦਿਆ ਕਰ ਲਈ, 2 ਘੰਟੇ ਦਾ ਖਾਤਾ ਜ਼ੀਰੋ, 2 ਘੰਟੇ ਦਾ ਖਾਤਾ ਜ਼ੀਰੋ। ਸਾਨੂੰ ਸਮਝ ਹੀ ਨਹੀਂ ਲੱਗ ਰਹੀ ਜੀ, ਸੁਚੇਤ ਹੋਈਏ ਆਪਣੀ ਪੂੰਜੀ ਨੂੰ ਲੈ ਕੇ, ਸੁਚੇਤ ਹੋਈਏ ਆਪਣੇ ਸਵਾਸਾਂ ਨੂੰ ਲੈ ਕੇ। ਇੱਕ ਇੱਕ ਸਵਾਸ ਬੜੇ ਕੀਮਤੀ ਮਿਲੇ ਨੇ। ਮੈਂ ਆਪਣੀ ਅਰਦਾਸ ਨਿੱਤ ਦੀ ਕਰਾਂ, ਤੁਸੀਂ ਆਪਣੀ ਅਰਦਾਸ ਨਿੱਤ ਕਰੋ, ਸਾਧਸੰਗ ਨਿੱਤ ਕਰੋ, ਗਰੀਬ ਨਿਵਾਜ ਸੁਚੇਤਤਾ ਬਖਸ਼ ਦਿਓ, ਵਿਵੇਕ ਬੁੱਧੀ ਬਖਸ਼ ਦਿਓ। ਵਿਵੇਕ ਬੁੱਧੀ ਉਹ ਹੁੰਦੀ ਹੈ ਜਿਹਨੂੰ ਗਿਆਨ ਹੁੰਦਾ ਮੈਂ ਕੀ ਬੋਲਣਾ ਕੀ ਨਹੀਂ ਬੋਲਣਾ, ਮੈਂ ਕੀ ਖਾਣਾ ਕੀ ਨਹੀਂ ਖਾਣਾ, ਮੈਂ ਕੀ ਸੁਣਨਾ ਕੀ ਨਹੀਂ ਸੁਣਨਾ। ਵਿਵੇਕ ਬੁੱਧੀ ਦਾ ਜਿਹੜਾ ਕੰਮ ਹੁੰਦਾ ਨਿਰਣਾ ਕੱਢਣਾ ਹੁੰਦਾ ਕਿ ਮੇਰੇ ਲਈ ਚੰਗੀ ਚੀਜ਼ ਕਿਹੜੀ ਹੈ, ਲਾਹੇਮੰਦ ਕਿਹੜੀ ਹੈ, ਅਤੇ ਨੁਕਸਾਨਦਾਈ ਚੀਜ਼ ਕਿਹੜੀ। ਵਿਵੇਕ ਬੁੱਧੀ, ਅਤੇ ਜਿਹੜੀ ਮੂਰਖ ਬੁੱਧੀ ਹੁੰਦੀ ਹੈ ਉਹ ਬਿਨਾਂ ਵਿਚਾਰ ਕੀਤਿਆਂ ਤੁਰ ਪੈਂਦੀ ਹੈ। ਅਰਦਾਸਾਂ ਕਰੀਏ ਸੱਚੇ ਪਾਤਸ਼ਾਹ ਵਿਵੇਕ ਬੁੱਧੀ ਬਖਸ਼ੋ, ਮੇਰੀ ਬੁੱਧੀ ਐਨਾਲਾਈਜ਼ ਕਰ ਸਕੇ ਮੇਰੇ ਲਈ ਕੀ ਬੈਟਰ ਹੈ, ਮੇਰੇ ਲਈ ਕੀ ਠੀਕ ਹੈ, ਮੇਰੇ ਲਈ ਕੀ ਚੰਗਾ ਹੈ, ਮੇਰੇ ਲਈ ਕੀ ਮਾੜਾ, ਮੇਰੇ ਲਈ ਇੱਦਾਂ ਇੱਦਾਂ ਗੱਲ ਕਰੋ, ਮੇਰੇ ਲਈ
ਕਿਉਂਕਿ ਸਾਧ ਸੰਗਤ ਜੀ ਨਾ ਕੋਈ ਬੇਲੀ ਹੋਣਾ ਨਾ ਕੋਈ ਸਾਥੀ ਹੋਣਾ ਸਾਡਾ ਜਦੋਂ ਇੱਥੋਂ ਜਾਵਾਂਗੇ। ਇਹ ਯਾਤਰਾ ਇਕੱਲੇ ਦੀ ਹੈ। ਜੇ ਪੱਲੇ ਨਾਮ ਹੋਏਗਾ ਨਾਮ ਹੀ ਤੇਰਾ ਬੇਲੀ ਹੋਏਗਾ ਨਾਮ ਹੀ ਤੇਰਾ ਸੰਗੀ ਹੋਏਗਾ। ਸੱਚਾਈ ਜੇ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਦੋ ਚੀਜ਼ਾਂ ਕਿਹੜੀਆਂ? ਨਾਮ ਹੀ ਤੇਰਾ ਸੰਗੀ ਹੋਏਗਾ ਨਾਮ ਹੀ ਤੇਰਾ ਬੇਲੀ ਹੋਏਗਾ ਸੰਗ ਸਹਾਈ ਹੋਏਗਾ ਉਹ ਸਹਾਈ ਹੋਏਗਾ ਨਾਮ ਆ ਜਪਿਆ ਹੋਇਆ ਨਾਮ। ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਜੈ ਮਹਾਂਭਿਆਨ ਦੂਤ ਜਮ ਦਲੈ ਦਲ ਦੇ ਦਲ ਜਦੋਂ ਤੈਨੂੰ ਪੈਣਗੇ ਜਮਾਂ ਦੇ ਫਿਰ ਕੀ ਕਰੇਗਾ ਕਿੱਥੋਂ ਬਚੇਗਾ? ਜੈ ਮਹਾਂਭਿਆਨ ਦੂਤ ਜਮ ਦਲੈ ਤੈਂ ਕੇਵਲ ਓਨਲੀ ਐਂਡ ਓਨਲੀ ਨਾਮ ਵਿਨ ਪ੍ਰੋਟੈਕਟ ਯੂ। ਬਸ ਨਾਮ ਨੇ ਤੁਹਾਨੂੰ ਪ੍ਰੋਟੈਕਟ ਕਰਨਾ ਔਰ ਓਨਲੀ ਨਾਮ ਨੇ ਕੇਵਲ ਨਾਮ ਨੇ ਖਾਲੀ ਨਾਮ ਨੇ ਹੋਰ ਕਿਸੇ ਦੀ ਤਾਕਤ ਨਹੀਂ ਹੋਣੀ ਜਿਹੜਾ ਤੁਹਾਨੂੰ ਪ੍ਰੋਟੈਕਟ ਕਰ ਸਕੇ ਜਿਹੜਾ ਤੁਹਾਨੂੰ ਸਹਾਇਤਾ ਦੇ ਸਕੇ ਜਿਹੜਾ ਤੁਹਾਡੀ ਰਾਖੀ ਕਰ ਸਕੇ ਉੱਥੇ। ਜੇ ਮਹਾਂਭਿਆਨ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਚੱਲੇ। ਜੇ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਨ ਮਾਏ ਉਦਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰ। ਅਖੀਰ ਚ ਕਹਿੰਦੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਲੇ। ਸਾਰੇ ਸੁੱਖਾਂ ਦੀ ਚਾਬੀ ਜੇ ਨਾਮ। ਆ ਜਿਹੜਾ ਡੇਢ ਘੰਟਾ ਦੋ ਘੰਟੇ ਬਹਿ ਕੇ ਤੁਸੀਂ ਕੀਤਾ ਨਾ ਵਾਹਿਗੁਰੂ 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 ਇਹ ਇਹ ਸਾਰੇ ਸੁੱਖਾਂ ਦੀ ਚਾਬੀ ਜੇ। ਤੇਰੇ ਸਾਰਿਆਂ ਦੁੱਖਾਂ ਦਾ ਦਾਰੂ ਇੱਕ ਵਾਰੀ ਬੋਲ ਤੇਰੇ ਸਾਰਿਆਂ ਦੁੱਖਾਂ ਦਾ ਦਾਰੂ ਮਨ ਪਿਆਰਿਆ ਤੂੰ ਬੋਲ ਵਾਹਿਗੁਰੂ। ਇਹ ਸੁੱਖਾਂ ਦੀ ਚਾਬੀ ਹੈ ਔਰ ਇੱਕ ਦੋ ਸੁੱਖ ਸਾਰੇ ਸੁੱਖਾਂ ਅਪੜਦੇ ਨਹੀਂ। ਕਹਿੰਦੇ ਸਗਲ ਮਨੋਰਥ ਪੂਰਨ ਹੋਵੇ ਕਦੋਂ ਜੀ? ਸਿਮਰੋ ਤੁਮਰਾ ਨਾਮ। ਮੈਂ ਨਹੀਂ ਕਹਿ ਰਿਹਾ, ਮੇਰੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ। ਚਾਬੀ ਹੈ ਸੁੱਖਾਂ ਦੀ ਨਾਮ। ਜਿਹਦੇ ਕੋਲ ਚਾਬੀ ਹੋਏਗੀ ਬਸ ਸੁੱਖਾਂ ਦਾ ਤਾਲਾ ਖੁੱਲ੍ਹੇ ਤੇ ਮੌਜ ਮਾਣੇ ਮਿਹਰ ਹੋ ਜਾਏਗੀ। ਆ ਪ੍ਰਦੇਸ਼ਾਂ 'ਚ ਆਏ ਹਾਂ ਸਾਧ ਸੰਗਤ ਜੀ, ਉਹ ਪੂੰਜੀ ਇਕੱਤਰ ਕਰੀਏ ਜਿਹੜੀ ਪੂੰਜੀ ਨਾਲ ਜਾਏ। ਅਤੇ ਜੇ ਖੁਸ਼ਕਿਸਮਤੀ ਦੇ ਨਾਲ ਪੂੰਜੀ ਇਕੱਤਰ ਕਰ ਲਈ ਫਿਰ ਚੋਰਾਂ ਤੋਂ ਸੁਚੇਤ ਰਹੋ, ਠੱਗਾਂ ਤੋਂ ਸੁਚੇਤ ਰਹੋ, ਡਾਕਾ ਨਾ ਪੈ ਜੇ ਕਿਧਰੇ ਪੂੰਜੀ ਨੂੰ ਲੁੱਟੇ ਨਾ ਜਾਈਏ, ਪਤਾ ਲੱਗੇ 50 ਸਾਲ ਨਾਮ ਜਪਦੇ ਰਹੇ, 60 ਸਾਲ ਨਾਮ ਜਪਦੇ ਰਹੇ, 65 ਸਾਲ ਨਾਮ ਜਪਦੇ ਰਹੇ, ਜਾਣ ਵੇਲੇ ਪੱਲੇ ਹੈ ਹੀ ਕੱਖ ਨਹੀਂ ਸਾਡੇ ਕੋਲ ਆਖੋ ਸਤਨਾਮ, ਜਾਣ ਵੇਲੇ ਕੰਗਲੇ ਹੋ ਕੇ ਜਾ ਰਹੇ ਹਾਂ। ਹੱਦ ਹੋ ਗਈ, ਕੀ ਕੀਤਾ 60 ਸਾਲ ਕੀ ਕੀਤਾ? ਫਿਰ ਮਹਾਰਾਜ ਕਹਿੰਦੇ ਫਿਰ ਜਨਮ ਹੈ, ਆਖੋ ਸਤਨਾਮ, ਮਨਮੁੱਖਾ ਨੂੰ ਫਿਰ ਜਨਮ ਹੈ, ਫਿਰ ਜਨਮ ਪਏਗਾ। ਪਾਤਸ਼ਾਹ ਕੀ ਕਹਿੰਦੇ? 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕ ਹੈ, ਜਿਹੜਾ ਚੁੱਕ ਗਿਆ ਤੇ ਆਏ
ਜਾਏ ਦੁੱਖ ਪਾਇੰਦਾ। ਕਲੀਅਰ ਕਲੀਅਰ ਤਾਂ ਲਿਖਤਾ ਜੀ, ਤੇ ਆਏ ਜਾਏ ਦੁੱਖ ਪਾਇੰਦਾ, ਦੁਖੀ ਪਾਏਗਾ, ਦੁਖੀ ਪਾਏਗਾ। ਸਪਸ਼ਟ ਤਾਂ ਸਮਝਾ ਰਹੇ ਨੇ ਪਰ ਮਨ ਐਸਾ ਹੈ ਸਾਧ ਸੰਗਤ ਸਮਝਦੇ ਹੀ। ਮਹਾਰਾਜ ਕਹਿੰਦੇ ਹੁਣ ਵੀ ਸਮਝ ਜਾ, ਅਜੂ ਸਮਝ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਹੁਣ ਵੀ ਸਮਝ ਜਾ ਓਏ ਕਮਲਿਆ, ਅਜੂ ਸਮਝ, ਕੱਛ ਵਿਗੜਿਓ ਨਾਹੀਂ, ਹਾਲੇ ਵੀ ਕੁਝ ਨਹੀਂ ਵਿਗੜੇ, ਸਮਝ ਜਾ। ਰਾਮ ਨਾਮ ਭਜ ਲੈ ਓਏ, ਰਾਮ ਨਾਮ ਭਜ ਲੈ, ਬੰਦਗੀ ਕਰ ਲੈ। ਇੰਨੇ ਹੀ ਪ੍ਰਦੇਸਾਂ ਤੋਂ ਜਦੋਂ ਤੂੰ ਜਾਏਗਾ ਨਾ, ਆ ਸੰਸਾਰ ਰੂਪੀ ਪ੍ਰਦੇਸ਼ ਤੋਂ ਜਦੋਂ ਤੂੰ ਜਾਏਗਾ, ਇਹ ਜਪੇ ਹੋਏ ਨਾਮ ਨਹੀਂ ਤੇਰੀ ਪੱਤ ਢੱਕਣੀ ਆ। ਉੱਥੇ ਆਖੋ ਸਤਨਾਮ, ਸੋ ਨਿਹਾਲ, ਸੋ